ਕਹਿੰਦਾ ਨਾ ਕਸੁੰਨ ਮਾਰਦਾ ਹੈ ਨਾ ਲੱਤ ਮਾਰਦਾ ਹੈ ਰੱਬ ਜਦੋਂ ਮਾਰਦਾ ਹੈ ਮੱਤ ਮਾਰਦਾ ਪਤਾ ਨਹੀਂ ਕੀ ਖਾ ਕੇ ਬੈਠਾ ਸੀ ਸੁਖਵੀਰ ਬਾਦਲ ਲੋਕਾਂ ਦੀਆਂ ਚੱਪਲਾਂ ਤੇ ਬੂਟ ਪਾਲਿਸ਼ ਫੇਰ ਗਿਆ ਇੱਕੋ ਚਿੱਟੇ ਰੰਗ ਦੇ ਕਿਤੇ ਸਪੋਰਟ ਸ਼ੂ ਸੀਗੇ ਉਹਦੇ ਕਾਲੇ ਰੰਗ ਦੀ ਪਾਲਿਸ਼ ਫੇਰ ਗਿਆ ਉਹ ਬੰਦਾ ਗਾਲਾਂ ਕੱਢੀਆਂ ਸੀ ਤੁਹਾਡਾ ਕੱਖ ਨਾ ਰਹੇ ਕਾਲੇ ਉਹ ਮੇਰੇ ਬੂਟ ਖਰਾਬ ਕਰਦੇ ਨਹੀਂ ਪਤਾ ਹੁਣ ਦੇਖੋ ਏ ਪੰਜ ਵਾਰੀ ਮੁੱਖ ਮੰਤਰੀ ਬਣਾਤਾ ਹੋਵੇ ਪ੍ਰਕਾਸ਼ ਸਿੰਘ ਬਾਦਲ ਆਪਾਂ ਨੇ ਪੁੱਛਿਆ ਹੀ ਨਹੀਂ ਵੀ ਉਹਦੇ ਬਾਪ ਦਾ ਨਾਂ ਕੀ ਹੈ ਉਹਦੇ ਬਾਪ ਦਾ ਨਾਂ ਰਘੂ ਰਾਜ ਹੈ ਕਿਸੇ ਨੂੰ ਨਹੀਂ ਪਤਾ ਯਾਰ ਬੱਬੀ ਬਾਦਲ ਦੇ ਬਾਪ ਪੰਜ ਵਾਰੀ ਲੁੱਟਣ ਵਾਸਤੇ ਬਿਠਾ ਲਿਆ ਯਾਰ ਰਿਸ਼ਤਾ ਰੁਸ਼ਤਾ ਕਰਨ ਜਾਂਦੇ ਮਾਮੇ ਫੁੱਪੜੇ ਤੱਕ ਪੁੱਛਦੇ ਕੌਣ ਨੇ ਕੀ ਪੰਜਾਬ ਫੜਾਤਾ ਯਾਰ ਪੰਜ ਵਾਰੀ ਉਹਨੂੰ ਹਜੇ ਤੱਕ ਬਾਪ ਦਾ ਨਾਂ ਨਹੀਂ ਪਤਾ ਲਿਆ ਦੇਖੋ ਰਘੂ ਰਾਜ ਟਰਾਂਸਪੋਰਟ ਹੈ ਉਹਦੀ ਉਹਦੇ ਕੋਲੇ ਚਾਰ ਹੀ ਨੇ ਮਨਪ੍ਰੀਤ ਬਾਦਲ ਕੋਲੇ ਇਹਦੇ ਕੋਲੇ 2500 ਹੋ ਗਏ ਵੇਖ ਕਰ ਸੁਖਵੀਰ ਸਿੰਘ ਤੈਨੂੰ ਵੋਟਾਂ ਪਾ ਲਿਆਂਗੇ ਮੈਂ ਵੀ ਪ੍ਰਚਾਰ ਕਰੂੰ ਵੀ ਇਹਨੂੰ ਪਾਓ ਸਾਨੂੰ ਇਹ ਦੱਸ ਦੇ ਪੰਜਾਬੀਆਂ ਨੂੰ ਵੀ 4 ਤੋਂ 2500 ਬੱਸਾਂ ਕਿਵੇਂ ਬਣਦੀਆਂ ਨੇ ਅਸੀਂ ਵੀ ਕਾਮਯਾਬ ਹੋ ਰਹੀ ਹੈ ਯਾਰ ਸਾਡੇ ਧੀਆਂ ਪੁੱਤਾਂ ਯਾਰ ਡਿਗਰੀਆਂ ਲੈ ਕੇ ਟੈਂਕੀਆਂ ਤੇ ਚੜੇ ਬੈਠੇ ਆ ਡਾਂਗਾਂ ਖਾਈ ਜਾਂਦੇ ਆ ਤੁਹਾਡੇ ਤੋਂ ਚੁੰਨੀਆਂ ਲਾਈ ਜਾਂਦੇ ਹੋ ਤੁਸੀਂ ਸਾਡੀਆਂ ਧੀਆਂ ਭੈਣਾਂ ਦੀਆਂ ਕੁੱਟ ਕੇ ਘਰੇ ਭੇਜ ਦਿੰਦੇ ਹੋ ਜੇ ਨੌਕਰੀ ਮੰਗਣ ਜਾਂਦੇ ਨੇ ਬਾਹਰਲੇ ਮੁਲਕਾਂ 'ਚ ਧੱਕੇ ਖਾਈ ਜਾਂਦੇ ਸਾਊਦੀ ਅਰਬ 'ਚ ਫਸ ਗਏ ਜੀ ਅਰਮੀਨੀਆ 'ਚ ਮੈਂ ਰੋਜ਼ ਮੁੰਡੇ ਪਹੁੰਚਾ ਕੇ ਲਿਆਉਣਾ ਠੀਕ ਹੈ ਜੀ ਇਹਨਾਂ ਦੇ ਇਹਨਾਂ ਇਹ ਬੱਲੇ ਬੱਲੇ ਇਹਨਾਂ ਦੀ ਇਹਨਾਂ ਇਹਨਾਂ ਦਾ ਕੋਈ ਜਵਾਕ ਵਿਹਲਾ ਦੇਖਿਆ ਵੀ ਫਲਾਨਾ ਲੀਡਰ ਯਾਰ ਲੀਡਰ ਬਹੁਤ ਵੱਡਾ ਪਰ ਉਹਦਾ ਮੁੰਡਾ ਬੇਰੁਜ਼ਗਾਰ ਹੈ ਨਾ ਕੋਈ ਚੇਅਰਮੈਨ ਹੈ ਕੋਈ ਆਹ ਕੌਣ ਹੈ ਜੀ ਮਲੂਕੇ ਦਾ ਮੁੰਡਾ ਆਹ ਕੌਣ ਹੈ ਜੀ ਭੂੰਦੜ ਦਾ ਮੁੰਡਾ ਆਹ ਕੌਣ ਹੈ ਜੀ ਚੰਦੂ ਮਾਰੇ ਦਾ ਮੁੰਡਾ ਆਹ ਕੌਣ ਹੈ ਢੀਂਡਸੇ ਦਾ ਮੁੰਡਾ ਆਹ ਕੌਣ ਹੈ ਭੱਠਲ ਦਾ ਮੁੰਡਾ ਅਸੀਂ ਆਹ ਕੌਣ ਹੈ ਬ੍ਰਹਮਪੁਰ ਦਾ ਮੁੰਡਾ ਭਾਵੇਂ ਇੱਧਰੋਂ ਉੱਧਰੋਂ ਗੋਦ ਲੈ ਲੈਣਾ ਪਵੇ ਪਰ ਲਿਆਉਂਦੇ ਆਪਦੇ ਵਾਲਾ ਇਹਨੂੰ ਨਹੀਂ ਆਹ ਲੋਕਾਂ ਦੀ ਵਾਰੀ ਨਹੀਂ ਹੁੰਦੇ ਕਿ ਚਲੋ ਮੇਰੇ ਬਹਾਨੀ ਸਹੀ ਭਾਵੇਂ ਦੋ ਪਲ ਲਈ ਸਹੀ ਤੁਹਾਡੇ ਮੂੰਹ ਤੇ ਹਾਸਾ ਤਾਂ ਆਇਆ ਯਾਰ ਸਾਡੇ ਤਾਂ ਹਾਸੇ ਹੀ ਖੋਲੇ ਇਹਨਾਂ ਨੇ ਯਾਰ ਸੱਥਾਂ ਚ ਰੌਣਕਾਂ ਹੈ ਨਹੀਂ 30-30 ਸਾਲ ਦੇ ਜਵਾਕਾਂ ਦੀਆਂ ਦਾੜੀਆਂ ਚਿੱਟੀਆਂ ਹੋ ਗਈਆਂ ਚਿੰਤਾ ਚਿਖਾ ਸਮਾਨ ਬਾਣੀ ਚ ਲਿਖਿਆ ਸਾਨੂੰ ਤਾਂ ਅਗਲੇ ਡੰਗ ਦੀ ਰੋਟੀ ਦੀ ਚਿੰਤਾ ਹੁੰਦੀ ਹੈ ਕਿ ਯਾਰ ਪੱਕੂਗੀ ਜਾਂ ਨਾ ਪੱਕੂਗੀ ਇਹ ਇਹ ਖਾਂਦੇ ਸ਼ਾਹੀ ਪਕਵਾਨ ਆਪ ਚੜ ਗਏ ਇਹਨਾਂ ਤੋਂ ਕੋਈ ਉਮੀਦ ਨਾ ਕਰਿਓ ਤੇ ਸਜ਼ਾ ਜ਼ਰੂਰ ਮਿਲੂਗੀ ਗੁਰੂ ਸਾਹਿਬ ਦੀ ਬੇਅਦਬੀ ਜਿਹੜੀ ਕੀਤੀ ਹੈ ਪਰ ਸਜ਼ਾ ਕੌਣ ਦੇਊਗਾ ਸਜ਼ਾ ਗੁਰੂ ਆਪ ਹੀ ਦੇਊ ਜੀ ਉਹਦੀ ਉਹਦੀ ਜਿਹੜੀ ਚੱਕੀ ਹੈ ਨਾ ਗੁਰੂ ਦੀ ਉਹ ਚੱਲਦੀ ਥੋੜੀ ਜਿਹੀ ਹੌਲੀ ਆ ਪਰ ਪੀਂਦੀ ਬਹੁਤ ਬਰੀਕ ਆ ਉਹ ਇਤਿਹਾਸ ਕੱਢ ਲਓ ਇਤਿਹਾਸ ਮੱਸੇ ਰੰਗੜ ਤੋਂ ਲੈ ਕੇ ਜਿਹਨੇ ਜਿਹਨੇ ਗੁਰੂ ਨਾਲ ਮੱਥਾ ਲਾਇਆ ਕੁਲਾਂ ਦਾ ਨਾਸ ਹੋ ਗਿਆ ਆਹ ਸਜ਼ਾ ਹੀ ਹੈ ਤੁਸੀਂ ਦੇਖ ਲਓ ਰਾਜ ਕਰਾਂਗੇ 25 ਸਾਲ ਕਹਿਣ ਵਾਲਾ ਉਦੋਂ 10 ਟਿਕਟਾਂ ਨਹੀਂ ਵੰਡੀਆਂ ਗਈਆਂ 10 ਟਿਕਟਾਂ ਲੈਣ ਵਾਸਤੇ ਬੰਦੇ ਨਹੀਂ ਥੇ 3 ਤਾਂ ਭਾਜਪਾ ਲੜਦੀ ਹੈ 13 ਸੀਟਾਂ ਨੇ ਪੰਜਾਬ ਦੀਆਂ 10 ਰਹਿ ਗਈਆਂ 10 'ਚੋਂ 2 ਤਾਂ ਘਰੇ ਰੱਖਣੀਆਂ ਪੈ ਗਈਆਂ ਇੱਕ ਫਿਰੋਜ਼ਪੁਰ ਵਾਲੀ ਇੱਕ ਬਠਿੰਡੇ ਵਾਲੀ ਰਹਿ ਗਈਆਂ 8 ਤੇ ਦੇਖ ਲਓ ਕਿਵੇਂ ਫਰੀਦਕੋਟ ਗੜ ਹੈ ਗੜ ਅਕਾਲੀ ਦਲ ਦਾ ਫਰੀਦਕੋਟ ਤੋਂ ਲੋਕਲ ਬੰਦਾ ਕੋਈ ਮੰਨਿਆ ਨਹੀਂ ਟਿਕਟ ਲੈਣ ਵਾਸਤੇ ਕਹਿੰਦੇ ਬਰਗਾਰੀ ਫਰੀਦਕੋਟ 'ਚ ਪੈਂਦਾ ਹੈ ਕਿਹੜੇ ਮੂੰਹ ਨਾਲ ਜਾਵਾਂਗੇ ਅਸੀਂ ਵੋਟਾਂ ਮੰਗਣਾ ਕਹਿੰਦੇ ਲੋਕ ਸਾਡੇ ਛੇਤਰ ਮਾਰਨਗੇ ਖਿੱਲਾਂ ਖਾਣ ਨੂੰ ਬਾਂਦਰੀ ਡੰਡੇ ਖਾਣ ਨੂੰ ਰਿੱਛ ਉਹ ਕਹਿੰਦੇ ਅਸੀਂ ਨਹੀਂ ਮਸੀਂ ਨਹੀਂ ਲੜਦੇ ਤੁਸੀਂ ਆਪ ਲਿਆਓ ਕਿਤੋਂ ਅਟਾਰੀ ਤੋਂ ਲਿਆਉਣਾ ਪੈ ਗਿਆ ਬਾਰਡਰ ਤੋਂ ਗੁਲਜ਼ਾਰ ਸਿੰਘ ਰਣੀਕੇ ਹੈ ਜੀ ਇੱਥੋਂ ਬੰਦਾ ਨਹੀਂ ਲੱਭਿਆ ਕੋਈ ਉਹ ਸੰਗਰੂਰ ਸਾਡੇ ਵਾਲੇ ਪਾਸੇ ਕੀ ਹੋਇਆ ਵੱਡੇ ਢੀਂਡਸੇ ਨੇ ਸਕਦੇ ਢੀਂਡਸੇ ਨੇ ਕਿਹਾ ਵੀ ਮੈਂ ਤਾਂ ਇਲੈਕਸ਼ਨ ਲੜਦਾ ਨਹੀਂ ਉਹਨੇ ਆਪਦੇ ਮੁੰਡੇ ਨੂੰ ਵੀ ਕਹਿਤਾ ਪੁੱਤ ਤੂੰ ਵੀ ਨਾ ਲੜੀ ਹੋਏ ਬੱਦਲ ਬਾਈ ਠੀਕ ਨਹੀਂ ਹੈਗੀ ਮੰਦ ਬੁੱਧੀ ਬੱਚਾ ਹੈ ਸੁਖਵੀਰ ਬਾਦਲ ਦਾ ਬਾਦਲ ਦਾ ਮੰਦ ਬੁੱਧੀ ਬੱਚਾ ਉਹਨੂੰ ਪੰਪ ਭਰ ਭਰ ਕੇ ਪਰਮਿੰਦਰ ਢੀਂਡਸੇ ਨੂੰ ਨਾ ਕਹਿੰਦਾ ਕੁਛ ਨੀ ਹੁੰਦਾ ਹੁੰਦਾ ਬੁੜਿਆਂ ਦੀ ਗੱਲ ਨੀ ਮੰਨਦੇ ਹੁੰਦੇ ਮੈਂ ਕਿਹਾ ਸਾਡੇ ਵਾਲੀ ਮੰਨਦਾ ਨਾਲੇ ਤਾਂ ਲੜਾਈ ਕਰਾਤੀ ਘਰ ਚ ਨਾਲੇ ਹਰਵਾਤਾ ਉਹ ਟਿਕਟਾਂ ਐਂ ਸੁੱਟ ਕੇ ਗਿਆ ਸੰਗਰੂਰ ਜਿਵੇਂ ਅਖਬਾਰ ਵੇਚਣਾ ਐਂ ਘਰੇ ਆਪਣੇ ਤੜਕੇ ਅਖਬਾਰ ਸੁੱਟ ਕੇ ਜਾਂਦਾ ਤਾਂ ਕੰਧ ਉੱਤੋਂ ਦੀ ਜਥੇਦਾਰਾਂ ਨੇ ਜਿਹੜੀਆਂ ਡੋਰ ਬੰਦ ਤਖਤੇ ਬੰਦ ਕਰਕੇ ਜਿਹੜੀ ਥੱਲੇ ਝੀਥਾਂ ਹੀ ਹੁੰਦੀਆਂ ਉਹਦੇ 'ਚ ਵੀ ਕੱਪੜਾ ਫਸਾਇਆ ਹੋਇਆ ਸੀ ਵੀ ਥੱਲੋਂ ਦੀ ਨਾ ਸਿੱਟ ਜੇ ਟਿਕਟ ਸੀ ਆਹ ਹਾਲਤ ਵੀ ਰਾਜ ਕਰਾਂਗੇ 25 ਸਾਲ ਵਾਲੀ ਇਹ ਸਜ਼ਾ ਹੀ ਮਿਲ ਰਹੀ ਹੋਰ ਕੀ ਹੈ ਬਾਈ ਜੀ ਉਹਦੀ ਸੋਟੀ ਜਦੋਂ ਚੱਲਦੀ ਹੈ ਨਾ ਰੱਬ ਦੀ ਉਹ ਖੜਕਾ ਨਹੀਂ ਕਰਦੀ ਨਾ ਫਿਰ ਆਹ ਸਜ਼ਾ ਹੀ ਹੈ ਜਦੋਂ ਗਾਲਾਂ ਪੈਣ ਲੱਗੀਆਂ ਚਾਰੇ ਪਾਸਿਓਂ ਇਹਨਾਂ ਨੇ ਸੋਚਿਆ ਚਲੋ ਦਰਬਾਰ ਸਾਹਿਬ ਜਾ ਕੇ ਭਾਂਡੇ ਭੁੰਡੇ ਸਾਫ਼ ਕਰ ਲੈਣੇ ਜੁੱਤੀਆਂ ਸਾਫ਼ ਕਰਨ ਜੇ ਲੋਕ ਮੰਨ ਜਾਣ ਬੁੜੇ ਨੂੰ ਵੀ ਬਣਾ ਕੇ ਲੈ ਕੇ ਕਹਿੰਦੇ ਆ ਜਾਓ ਆਪੂ ਚੱਲੀਏ ਉੱਥੇ ਵਾਲੀਆਂ ਗਾਲਾਂ ਦੇਣ ਲੱਗ ਗਏ ਲੋਕ ਤੇ ਪੁੱਤ ਭਤੀਜੇ ਸਾਲੇ ਜੀਜੇ ਸਾਰੇ ਇਕੱਠੇ ਹੋ ਕੇ ਤੁਰ ਪਏ ਉੱਥੇ ਫਿਰ ਉੱਥੇ ਵੀ ਮਜ਼ਾਕ ਹੀ ਉੱਡਿਆ ਬਈ ਕਹਿੰਦੇ ਨਾ ਕਸੁੰਨ ਮਾਰਦਾ ਨਾ ਲੱਤ ਮਾਰਦਾ ਰੱਬ ਜਦੋਂ ਮਾਰਦਾ ਹੈ ਮੱਤ ਮਾਰਦਾ ਪਤਾ ਨਹੀਂ ਕੀ ਖਾ ਕੇ ਬੈਠਾ ਸੀ ਸੁਖਵੀਰ ਬਾਦਲ ਲੋਕਾਂ ਦੀਆਂ ਚੱਪਲਾਂ ਤੇ ਬੂਟ ਪਾਲਿਸ਼ ਫੇਰ ਗਿਆ ਇੱਕੋ ਚਿੱਟੇ ਰੰਗ ਦੇ ਕਿਤੇ ਸਪੋਰਟ ਸ਼ੂ ਸੀਗੇ ਉਹਦੇ ਕਾਲੇ ਰੰਗ ਦੀ ਪਾਲਿਸ਼ ਫੇਰ ਗਿਆ ਉਹ ਬੰਦਾ ਗਾਲਾਂ ਕੱਢੀਆਂ ਸੀ ਤੁਹਾਡਾ ਕੱਖ ਨਾ ਰਹੇ ਕਾਲੇ ਉਹ ਮੇਰੇ ਬੂਟ ਖਰਾਬ ਕਰਦੇ
ਕੀਤਾ ਨਹੀਂ ਤੇ ਉਹ ਬੂਟ ਵੀ ਨਹੀਂ ਪਾ ਕੇ ਗਿਆ ਉੱਥੇ ਛੱਡ ਗਿਆ ਕਹਿੰਦਾ ਇਹਨਾਂ ਦੇ ਹੱਥ ਲੱਗ ਗਏ ਬੇਅਦਬੀ ਵਾਲੇ ਮੇਰੇ ਬੂਟਾਂ ਨੂੰ ਮੈਂ ਨਹੀਂ ਪਾਉਂਦਾ ਇੱਥੇ ਕੋਈ ਸੀਆਈਡੀ ਵਾਲੇ ਖੜੇ ਹੋਣਗੇ ਉਹਨਾਂ ਨੂੰ ਮੈਂ ਬੇਨਤੀ ਕਰਦਾ ਇਹ ਗੱਲ ਜ਼ਰੂਰ ਦੱਸ ਦਿਓ ਬਾਦਲ ਕਿਹਾ ਨੂੰ ਭਗਵੰਤ ਮਾਨ ਟਿੱਪ ਪਾਣੇ ਆਇਆ ਸੀ ਐਂ ਕਹਿੰਦਾ ਸੀ ਲੋਕਾਂ ਦਾ ਮੂਡ ਸਮਝ ਲਓ ਜਿਹੜੇ ਬੂਟਾਂ ਨੂੰ ਤੁਹਾਡੇ ਹੱਥ ਲੱਗ ਜਾਣ ਲੋਕ ਉਹ ਬੂਟ ਨਹੀਂ ਪਾਉਂਦੇ ਤੁਸੀਂ ਵੋਟ ਪਾਉਣ ਦੀ ਗੱਲ ਕਰੀ ਜਾਂਦੇ ਸਹੀ ਹੈ ਨਾ ਸੋ ਵੀਰੋ ਅਕਾਲੀ ਦਲ ਨੂੰ ਵੋਟ ਪਾਉਣ ਦਾ ਮਤਲਬ ਮੈਨੂੰ ਇੱਕ ਬਜ਼ੁਰਗ ਮਿਲਿਆ ਸੀ ਆਹ ਹੁਣ ਜਦੋਂ ਇਲੈਕਸ਼ਨ ਲੜ ਰਿਹਾ ਸੀ ਮੈਂ ਕਹਿੰਦਾ ਪੁੱਤ ਜਿੱਥੇ ਵੀ ਜਾਏਗਾ ਆਹ ਗੱਲ ਜ਼ਰੂਰ ਕਹਿੰਦਾ ਕਰ ਮੈਂ 40 ਸਾਲ ਵੋਟਾਂ ਪਾਈਆਂ ਨੇ ਕਹਿੰਦਾ ਬਾਦਲ ਕਹਿੰਦਾ ਹੁਣ ਨਹੀਂ ਪਾਉਂਦਾ ਦਿਲ ਤੋੜਤਾ ਕਹਿੰਦਾ ਨਹੀਂ ਜਿਹੜੇ ਨਾਨਕ ਦੀ ਤੱਕੜੀ ਸਮਝ ਕੇ ਕਹਿੰਦਾ ਬਾਦਲ ਨੂੰ ਵੋਟ ਪਾਈ ਗਏ ਉਸੇ ਨਾਨਕ ਦੀ ਬਾਣੀ ਰੋਲਤੀ ਨੇ ਉਸੇ ਨਾਨਕ ਦੀ ਬਾਣੀ ਰੋਲਤੀ ਗਲੀਆਂ ਚ ਕਹਿੰਦਾ ਪੁੱਤ ਉਹਦੇ ਨਾਲ ਚਿੱਟਾ ਵੇਚੀ ਜਾਂਦੇ ਹਾਂਜੀ ਉਹਦੇ ਨਾਲ ਸਮੈਕ ਤੋਲਦੇ ਉਹਦੇ ਨਾਲ ਤਾਂ ਉਹ ਤੱਕੜੀ ਨਾਲ ਤੇ ਉਹ ਕਹਿੰਦਾ ਪੁੱਤ ਤੱਕੜੀ ਵਾਲਾ ਬਟਨ ਦੱਬਣ ਦਾ ਮਤਲਬ ਹੈ ਗੁਰੂ ਸਾਹਿਬ ਦੀ ਫੇਰ ਦੁਬਾਰਾ ਬੇਅਦਬੀ ਕਰਨੀ ਕਿਉਂਕਿ ਜੇ ਤੁਸੀਂ ਬੇਅਦਬੀ ਜੇ ਤੱਕੜੀ ਵਾਲਾ ਬਟਨ ਦੱਬਦੇ ਹੋ ਇਹਦਾ ਮਤਲਬ ਤੁਸੀਂ ਬੇਅਦਬੀ ਕਰਨ ਵਾਲਿਆਂ ਦੇ ਹੱਕ ਚੋਂ ਇਹਦਾ ਮਤਲਬ ਤੁਹਾਡਾ ਵੀ ਹਿੱਸਾ ਪਊਗਾ ਭਾਵੇਂ ਸਾਨੂੰ ਵੀ ਨਾ ਪਾਇਓ ਪਰ ਇਹਨਾਂ ਨੂੰ ਨਾ ਪਾਇਓ ਇਹਦਾ ਲੱਗੇ ਪਤਾ ਇਹਨਾਂ ਨੂੰ ਨਾ ਵੀ ਕੀ ਹੁੰਦਾ ਇਹ ਉਹ ਉਦੋਂ ਲੁਟੇਰੇ ਨੇ ਜੀ ਉਹਦਾ ਨਿਕਲੇ ਹੀ ਨਹੀਂ ਬਾਹਰ 2.5 ਸਾਲ ਹੋ ਗਏ ਕੈਪਟਨ ਅਮਰਿੰਦਰ ਬਾਹਰ ਹੀ ਨਿਕਲਿਆ ਜੇ ਨਿਕਲਦਾ ਬਾਹਰ ਸਿੱਧਾ ਪਹਾੜਾਂ ਨੂੰ ਜਾਂਦਾ ਮੈਦਾਨੀ ਇਲਾਕਿਆਂ ਨੂੰ ਤਾਂ ਆਉਂਦਾ ਹੀ ਨਹੀਂ ਬਰਬਾਦ ਕਰਕੇ ਰੱਖਤਾ ਇੱਡਾ ਵਧੀਆ ਸੂਬਾ ਨੰਬਰ 1 ਤੇ ਹੋਣਾ ਚਾਹੀਦਾ ਸੀ ਹਜੇ ਫੇਰ ਕਹਿੰਦਾ ਪਿਛਲੀ ਵਾਰ ਤਾਂ ਇਹ ਕਹਿੰਦਾ ਮੈਂ ਤਾਂ ਆਖਰੀ ਵਾਰ ਆ ਵੋਟਾਂ ਪਾ ਦੋ ਹੁਣ ਫੇਰ ਕਹਿੰਦਾ ਜਿੰਨਾ ਚਿਰ ਸੂਬਾ ਨੰਬਰ 1 ਨਹੀਂ ਬਣਦਾ ਨਾ ਮੈਂ ਤਾਂ ਇਲੈਕਸ਼ਨ ਲੜਨ ਨੂੰ ਹਟਦਾ ਨਹੀਂ ਮੈਂ ਕਿਹਾ ਜੇ ਤੂੰ ਹਟੇਗਾ ਤਾਂ ਬਣੂਗਾ ਨੰਬਰ 1 ਹਟਦੀ ਨਹੀਂ ਯਾਰ ਉਹ ਬਾਦਲ 92 ਸਾਲ ਦਾ ਹੋ ਗਿਆ ਚਾਰ ਇੱਧਰੋਂ ਫੜਿਆ ਹੁੰਦਾ ਸਿਕਿਉਰਿਟੀ ਗਾਰਡਾਂ ਨੇ ਚਾਰ ਇੱਧਰੋਂ ਐਂ ਲਿਆਉਂਦੇ ਨੇ ਐਂ ਚੱਕ ਕੇ ਐਂ ਡਾਂਸ ਸਰ ਕਹਿੰਦਾ ਇੱਕ ਮੌਕਾ ਹੋਰ ਦਿਓ ਸੇਵਾ ਕਰਾਂਗੇ ਜੀ ਮੈਂ ਕਿਹਾ ਤੇਰਾ ਸੇਵਾ ਕਰਾਉਣ ਦਾ ਟਾਈਮ ਆਵੇ ਬਾਬਾ ਬਹਿ ਜਾ ਕਰੇ ਹੁਣ ਕਰ ਲੈਣ ਦੇ ਨਵੇਂ ਜਵਾਕਾਂ ਨੂੰ ਕੁਛ ਤੇਰੇ ਹਾਣ ਦੇ ਪੰਜਾਬ ਚੋਂ ਦਰਖਤ ਵੀ ਸੁੱਕ ਗਏ ਹੋਏ ਭੰਗਦੀ ਨਹੀਂ ਯਾਰ ਕੋਈ ਰਿਟਾਇਰਮੈਂਟ ਦੀ ਉਮਰ ਨਹੀਂ ਨਾ ਵੀ ਪਿੱਪਲ ਦਿਆ ਪੱਤਿਆ ਵੇ ਕਾਹਦੀ ਖੜ 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 ਲਾਈ ਹੈ ਪੱਤ ਚੜ ਗਏ ਪੁਰਾਣੇ ਬਾਦਲ ਸਾਹਿਬ ਰੁੱਤ ਨਵਿਆਂ ਦੀ ਆਈ ਹੈ ਰੁੱਤ ਨਵਿਆਂ ਦੀ ਦੇਖ ਲਓ ਤੁਹਾਡੇ ਪਿੰਡ ਜਿੰਨੇ ਵੀ ਦਰਖਤ ਨੇ ਪੱਤੇ ਝੜ ਜਾਂਦੇ ਉਹਦੇ ਨਵੇਂ ਆ ਜਾਂਦੇ ਆ ਗਏ ਨਵੇਂ ਸਫੈਦੇ ਦੇ ਵੀ ਪਰ ਬਾਦਲ ਹੋ ਜਾਓ ਉਹ ਉੱਥੇ ਤੇ ਪੀੜਿਆ ਜੇ ਸੁੱਕੇ ਬਾਦਲ ਹੋ ਜਾਂਦੇ ਉਹ ਗੁੱਡੀ ਦੇ ਉਹ ਦੇਖੋ ਉਹ ਜਮਾਂ ਸੁੱਕੇ ਉਹ ਬਾਦਲ ਹੋ ਰਹੀ ਨੇ